ਸੀਗਾ ਬਾਈ ਅੱਜ ਆਪਾਂ ਆਏ ਹੋਇਆ ਪਿੰਡ ਦੁੱਲੋਵਾਲ ਤੁਸੀਂ ਪਿੱਛੇ ਇਕੱਠ ਦੇਖ ਸਕਦੇ ਹੋ ਉੱਥੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਪਿੰਡ ਦੁੱਲੋਵਾਲ ਵਿਖੇ ਚੌਥਾ ਕਬੱਡੀ ਦਾ ਕੱਪ ਹੈ ਅਤੇ ਤੁਹਾਨੂੰ ਉੱਥੇ ਦਿਖਾਵਾਂ ਕਿਉਂਕਿ ਬਾਈ ਉੱਥੇ ਥੋੜ੍ਹਾ ਸ਼ੋਰ ਪੈ ਰਿਹਾ ਤਾਂ ਕਰਕੇ ਮੈਂ ਵੀਡੀਓ ਥੋੜ੍ਹੀ ਜਿਹੀ ਇੱਥੇ ਬਣਾਈ ਹੈ ਜੇ ਤੁਸੀਂ ਮੇਰੇ ਚੈਨਲ ਉੱਤੇ ਬਾਈ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੇਰੀਆਂ ਅਗਲੀਆਂ ਵਧੀਆ ਵਧੀਆ ਵੀਡੀਓ ਦੇਖਣ ਵਾਸਤੇ ਬੈੱਲ ਆਈਕਨ ਜ਼ਰੂਰ ਦਬਾਇਓ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਦੀ ਘੰਟੀ ਆ ਜੂਗੀ ਅਤੇ ਚਲੋ ਆਪਾਂ ਹੁਣ ਅੱਗੇ ਦੇਖਣ ਚੱਲਦੇ ਹਾਂ ਕਬੱਡੀ ਮੈਚ ਕਬੱਡੀ ਦਾ ਹਰ ਕੋਈ ਚਾਹੁੰਦਾ ਵੀ ਦੁੱਲੋਵਾਲ ਦਾ ਮੇਲਾ ਜਿੱਤ ਕੇ ਜਾਣਾ ਪਰ ਸਮਾਂ ਦੱਸੀਗਾ ਵੀ ਕੌਣ ਅੱਜ ਦਾ ਮੇਲਾ ਜਿੱਤਦਾ ਪੈਦਰ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਉਭਰਦੀ ਹੈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਬੱਤੀ ਗਿਣਤੀ ਦੇ ਵਿੱਚ ਆਏ ਹੈ ਅੱਜ ਦੁੱਲੋਵਾਲ ਪਿੰਡ ਦੇ ਮੇਲੇ ਤੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ ਪੱਗ ਦੇ ਪਾਸੇ ਰੱਖਾ ਦੇ ਉਹ ਉੱਪਰ ਪੱਗ ਦੇ ਪਾਸੇ ਬਾਹੇ ਗੱਭਰੂਆ ਭਾਗਾ ਆ ਆਪਣੀ ਟੀਮ ਦੇ ਲਈ ਜੁੜ ਗਿਆ ਕਬੱਡੀ ਉੱਪਰ ਦੀਆਂ ਟੀਮਾਂ ਆਪਦੀ ਐਂਟਰੀ ਜਮਾ ਕਰਾ ਦੇਣ ਕਬੱਡੀ ਉੱਪਰ ਦੀਆਂ ਟੀਮਾਂ ਪੰਜ ਚਾਰ ਮਿੰਟਾਂ ਦੇ ਵਿੱਚ ਕਬੱਡੀ ਉੱਪਰ ਦੇ ਡਰਾ ਕਰ ਦੇਣੇ ਆ ਕਬੱਡੀ ਉੱਪਰ ਦੀਆਂ ਟੀਮਾਂ ਇਹਨਾਂ ਤੇ ਧਿਆਨ ਰੱਖਣ ਉੱਧਰ ਭੈਣੀ ਪਾਗੇ ਵਾਲਾ ਕਲਵੰਤ ਸਾਡਾ ਕਬੱਡੀ ਖੇਡਦਾ ਖੇਡਦਾ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਹੈ ਪੱਗ ਭਰਾਵਾਂ ਕਣੀ ਉਹ ਚਾਰ ਫੁੱਟੇ ਕੱਪ ਦੇ ਨਾਲ ਪੱਕਾ ਸਨਮਾਨ ਭੈਣੀ ਪਾਗੇ ਦੇ ਕਦੇ ਕਲਵੰਤ ਦਾ ਕਰਨਾ ਹੈ ਔਰ ਸਾਕਮ ਵਾਲੀਏ ਜੱਗੂ ਦਾ ਕੋਟੜੇ ਵਾਲੇ ਸ਼ੀਰੇ ਦਾ ਬਹੁਤ ਪਲੇਅਰਾਂ ਦੇ ਅੱਜ ਸਨਮਾਨ ਹੋਣੇ ਹੈ ਪਰ ਅਗਲੇ ਪਾਸੇ ਵੇਖਾਂਗੇ ਮੁੰਡਾ ਪਾ ਕਬੱਡੀ ਭੱਜਿਆ ਤਾਂ ਆਪਣੀ ਟੀਮ ਦਿੱਲੀ ਜੋੜ ਗਿਆ ਰੋਗਲੇ ਵਾਲਾ ਆ ਗਿਆ ਪਹਿਲਾਂ ਦੱਸਿਆ ਘੱਟ ਹੀ ਰੁਕਦਾ ਹੈ ਰੋਗਲੇ ਪਿੰਡ ਦਾ ਪੱਪੂ ਮੇਰੇ ਮਿੱਤਰੋਂ ਕਬੱਡੀ ਪਾ ਰਿਹਾ ਖੇਡ ਕਬੱਡੀ ਦਾ ਬਾਈਣ ਦਾ ਸਟਾਰ ਹੈ ਲਾ ਰੋਗਲੇ ਵਾਲੇ ਪੱਪੂ ਦੀ ਕਬੱਡੀ ਪੈਂਦੀ ਹੈ ਬੰਟੀ ਨੈਣ ਅਣਨਾਣੇ ਦੇ ਨਾਲ ਯਾਰੀ ਹੈ ਚੋਪਰ ਦੀ ਆ ਵੇਖਾਂਗੇ ਰੋਗਲੇ ਵਾਲਾ ਉਹ ਭੱਜ ਗਿਆ ਘੱਟ ਹੀ ਰੁਕਦਾ ਹੈ ਉਹ ਭੱਜ ਗਿਆ ਤਾਂ ਆਪਣੀ ਟੀਮ ਦਿੱਲੀ ਜੋੜ ਗਿਆ ਮੈਚ ਸਮਾਪਤ ਹੋ ਗਿਆ ਟੀਮ ਜਿੱਤ ਗਈ ਹੈ ਬਾਜੇ ਵਾਲੇ ਪਿੰਡ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਨਹੀਂ ਹੈ ਬਾਜੇ ਵਾਲਾ ਜਿੱਤ ਗਈ ਹੈ ਸਾਢੇ ਅੱਠ ਤੇ ਨੌ ਕਬੱਡੀ ਉੱਪਰ ਦੀਆਂ ਟਾਈਆਂ ਪਾ ਦੀਆਂ ਜੀ ਆਪਾਂ ਮੈਚ ਬੋਲੀਏ ਪਲੇਅਰ ਤਿਆਰ ਹੋ ਜਾਣਗੇ ਕਬੱਡੀ ਉੱਪਰ ਦੀਆਂ ਜਿੰਨੀਆਂ ਕੁ ਟੀਮਾਂ ਆਈਆਂ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਉੱਪਰ ਦੀਆਂ ਟੀਮਾਂ ਦਾ ਮੈਚ ਇੱਕ ਪਾਸੇ ਟੀਮ ਖਰਾਜ ਪਿੰਡ ਦੀ ਹੋਣੀ ਹੈ ਤੇ ਦੂਸਰੇ ਪਾਸੇ ਕਹਿੰਦੇ ਟੀਮ ਜਿਹੜੀ ਖੇਡੇਗੀ ਉਹ ਲੇਲੇ ਵਾਲੇ ਪਿੰਡ ਦੀ ਹੋਵੇਗੀ ਨੈਪੂ ਆਇਆ ਲੇਲੇ ਵਾਲੀ ਹੈ ਪ੍ਰਧਾਨ ਮੇਰੇ ਮਿੱਤਰੋ ਇਹ ਆ ਪੇਰੋ ਪਿੰਡ ਦਾ ਜੱਗੀ ਇਸ ਨੂੰ ਹੀ ਅੱਖਾਂ ਆ ਰਿਹਾ ਹੈ ਪਰ ਫੈਸਲਾ ਅੰਕ ਕਹਿੰਦੇ ਰੇਡਰ ਦਾ ਹੈ ਅੰਕ ਕਹਿੰਦੇ ਰੇਡਰ ਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਸਰਦਾਰੀ ਪਿੰਡ ਦਾ ਹੈ ਪੱਪੀ ਅੱਗੇ ਵੱਲ ਪਾਉਂਦਾ ਜਾ ਰਿਹਾ ਹੈ ਜੱਗੀ ਮਾਨ ਕਹਿੰਦਾ ਵੀ 11 ਤਰੀਕ ਨੂੰ ਫਤਿਹਪੁਰ ਦੇ ਟੂਰਨਾਮੈਂਟ ਤੇ ਪੱਪੀ ਨੂੰ ਆਪਾਂ 6 ਫੁੱਟਾ ਕੱਪ ਲੈਣਾ ਹੈ ਇਹ ਫਰਮਾਹੀ ਵਾਲਾ ਪੱਪੀ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਅੱਗੇ ਵੱਲ ਵੱਧਦਾ ਜਾ ਰਿਹਾ ਹੈ ਪੀਣ ਵਾਲਾ ਪਾਣੀ ਪੁੱਜਦਾ ਕਰਦੀ ਇੱਕ ਫਰਾਜ ਦੀ ਟੀਮ ਕਨੀ ਉਹ ਫਰਾਜ ਲੱਗਿਆ ਜਿਹੜੀ ਗਿਆਨੀ ਜਾਂ ਤੇ ਮੈਚ ਰੋਕਣਾ ਬਾਅਦ ਦੇ ਵਿੱਚ ਤੂੰ ਵੀ ਝੂਠਾ ਪੈ ਜਾਣਾ ਪਰ ਅੱਗਲੇ ਪਾਸੇ ਮੁੰਡਾ ਪਾ ਕਬੱਡੀ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਉੱਧਰ 22 ਮੋਣਾ ਅਗਲੇ ਮੇਲੇ ਲਈ 5100 ਰੁਪਇਆ ਜਿਹੜਾ ਭਰਾ ਸਾਡੇ ਨੇ ਪੁੱਜਦਾ ਕੀਤਾ ਹੈ ਬਾਈ ਮੋਹਣਾ ਰਲੀ ਪ੍ਰਧਾਨ ਸਾਹਿਬ ਜਿਹਨਾਂ ਕਣੀ ਅੱਜ ਦੇ ਮੇਲੇ ਲਈ 5100 ਰੁਪਇਆ ਪੁੱਜਦਾ ਹੋਇਆ ਹੈ ਇੱਧਰਲੇ ਪਾਸੇ ਮਨਦੀਪ ਹੈ ਇੱਕ ਪਾਸੇ ਗਿਆਨੀ ਹੈ ਆਹ ਖੜਕਾ ਦਰਕਾ ਹੋਇਆ ਗੁੱਟ ਫੜਿਆ ਆਹ ਕੈਂਟੀ ਕੈਂਟੀ ਕਹਿੰਦੇ ਵੱਧ ਗਈ ਅੱਗੇ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੋਰ ਸਮਾਂ ਬੀਤ ਗਿਆ ਅੱਗ ਕਹਿੰਦੇ ਯਾਫੀ ਦਾ ਪਾਣੀ ਪੀਣ ਵਾਲਾ ਖੇਡ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਓ ਜੀ ਪੀਣ ਵਾਲਾ ਪਾਣੀ ਬਾਈ ਫਰਾਜ ਦੀ ਟੀਮ ਕਨੀ ਉਹ ਤਰਾਗ
ਜਿਹੜਾ ਲੱਗ ਰਿਹਾ ਮੈਚ ਸ਼ੁਰੂ ਕਰਾ ਦਈਏ ਜੀ। ਬਾਜਣ ਦਾ ਤਰਾਜ ਲੱਗੇ ਇੱਕ ਪਲੇਟ ਤੇ ਮੈਚ ਆਉਣ ਤੋਂ ਬਾਅਦ ਹੁਣ ਸੱਕਰ ਦੇ ਉੱਤੇ ਜੋ ਵੀ ਫੈਸਲਾ ਉਹ ਕਰ ਦਿਓ। ਰੱਦ ਦੇ ਪਾਸੇ ਕਬੱਡੀ ਪਾਉਣ ਦੇ ਲਈ ਮੁੰਡਾ ਅੱਗੇ ਵੱਲ ਵੱਧਦਾ ਜਾ ਰਿਹਾ ਹੈ। 130 ਅੱਜ ਕਹਿੰਦੇ ਮੇਲਾ ਕਵਰ ਕਰ ਰਹੀ ਹੈ। ਉਧਰ ਸੋਨੀ ਵੀ ਆਇਆ ਘੋੜ ਹੱਤੇ ਵਾਲਾ ਅਗਲੇ ਮੈਚਾਂ ਲਈ ਖੇਡ ਮੈਦਾਨ ਦੇ ਵਿੱਚ ਆ ਰਹੇਗਾ ਭਰਾ ਸਾਡਾ। ਰੱਦਲੇ ਪਾਸੇ ਜੱਗੀ ਦੀ ਆਓ ਕਹਿੰਦੇ ਟੱਕਰ ਹੋਈ ਹੈ। ਇੱਕ ਪਾਸੇ ਲੱਗਦਾ ਹੋਇਆ ਜ਼ੋਰ ਖੇਡ ਮੈਦਾਨ ਦੇ ਵਿੱਚ ਪੇਰੋਂ ਵਾਲਾ ਟਰਾਈ ਕਰਦਾ ਹੈ ਪਰ ਅੰਕ ਕਹਿੰਦੇ ਰੇਡਰ ਦਾ ਹੈ। ਅਗਲੇ ਮੈਚ ਵਾਲੀਆਂ ਟੀਮਾਂ ਕੋਸ਼ਕੇ ਬਾਈ ਆਪਾਂ ਜ਼ਰੂਰ ਦੱਸੀਏ ਕਿਹੜੀਆਂ ਟੀਮਾਂ ਦਾ ਮੈਚ ਹੋਣਾ ਤੇ ਕਬੱਡੀ ਉੱਪਰ ਦੀਆਂ ਟੀਮਾਂ ਦੇ ਟਰਾਪ ਆਪਾਂ ਕਰ ਦਈਏ। ਉਧਰ ਜਲੀਰ ਵਾਲੇ ਭਰਾ ਸਾਡੇ ਆਏ ਹੈ ਉਹਨਾਂ ਦਾ ਵੀ ਧਾਰਾ ਹੈ ਪਰ ਡਬਲ ਟੱਚ ਹੈ ਹਰਜੀਤ ਕਦੇ ਹਰਜੀਤ ਬਰਾੜ ਦੀ ਖੇਡ ਦੇ ਚੜ੍ਹ ਕੇ ਹੋਈ ਹੈ। ਪੈਸਲੇ ਪਾਸੇ ਕਰਦਾ ਹੋਇਆ ਕਮਾਲ ਇਹ ਕਾਲੂ ਕਹਿੰਦੇ ਸਰਾਜ ਪਿੰਡ ਦਾ ਕਦੇ ਰਸੂਲਪੁਰੀਏ ਦੀ ਖੇਡ ਦੇ ਚੜ੍ਹ ਕੇ ਹੋਈ ਹੈ ਪਰ ਜੰਮਾ ਲੱਗ ਗਿਆ ਅੱਗ ਜਾਂ ਫੀਰਾ। ਅਗਲੀ ਕਬੱਡੀ ਪਾਉਣ ਦੇ ਲਈ ਪੱਪੀ ਅੱਗੇ ਵੱਲ ਵੱਧਦਾ ਹੋਇਆ ਹੈ। ਕਦੇ ਖਹਿਰਿਆਂ ਵਾਲੇ ਪੱਪੀ ਦੀ ਖੇਡ ਦੇ ਚਰਚੇ ਹੋਏ ਹੈ। ਪੈਦਲੇ ਪਾਸੇ ਪੱਪੀ ਫਰਮਾਸੀ ਪਿੰਡ ਦਾ ਓਲੰਪੀਅਨ ਸੁਰਜੀਤ ਸਿੰਘ ਦਾ ਪਿੰਡ ਹੈ। ਆਓ ਕਹਿੰਦੇ ਕਬੱਡੀ ਪੈਂਦੀ ਹੈ ਤੇ ਚਾਰ ਜਾਫੀ ਹੈ ਚੌਂ ਦੇ ਵਿੱਚੋਂ ਕਿਹੜਾ ਚੁੱਬਰ ਜੱਫਾ ਲਾਵੇਗਾ। ਪੈਦਲੇ ਪਾਸੇ ਕਹਿੰਦੇ ਮੋਟੇ ਪੱਟਾਂ ਨੂੰ ਆਓ ਖਿੱਚ ਪੈ ਗਈ ਹੈ ਫਰਮਾਸੀ ਵਾਲਾ ਮੇਸੀ ਦੇ ਪਿੰਡਾਂ ਦਾ। ਪਰਗਲੇ ਪਾਸੇ ਮੁੰਡਾ ਭਾਗਾ ਬਿਆਂਕ ਆਪਣੀ ਟੀਮ ਫਰਾਜ ਲਈ ਗੰਕ ਦਾ ਵਾਧਾ ਕਰ ਗਿਆ ਹੈ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਚੋਬਰ ਅੱਗੇ ਵੱਲ ਵਾਧਾ ਹੋਇਆ। ਪੰਜਾਬ ਦੀ ਧਰਤੀ ਹੈ ਜ਼ਿਲ੍ਹੇ ਮਾਨਸਾ ਦੇ ਤੁੱਲੋਵਾਲ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹੈ। ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਅੱਗੇ ਵੱਲ ਵਾਧਾ ਜਾ ਰਿਹਾ ਹੈ। ਬਾਜਣੀ ਮੁਕਾਬਲੇ ਚੱਲ ਰਿਹਾ ਹੈ। ਰਾਮਪੁਰ ਤੇ ਰਾਮਪੁਰੇ ਦੀਆਂ ਟੀਮਾਂ ਗਰਾਊਂਡ ਵੱਲ ਆ ਜਾਣ। ਤੇਰਾ ਰਾਏਪੁਰ ਤੇ ਰਾਮਪੁਰੇ ਦੀਆਂ ਟੀਮਾਂ ਉਹ ਜਲਦੀ ਖੇਡ ਗਰਾਊਂਡ ਵੱਲ ਆ ਜਾਣ। ਤੇਰਾ ਰਾਏਪੁਰ ਤੇ ਰਾਮਪੁਰੇ ਦੀਆਂ ਟੀਮਾਂ ਅਗਲੇ ਮੈਚ ਵਾਲੀਆਂ ਖੇਡ ਗਰਾਊਂਡ ਵੱਲ ਆ ਜਾਣ। ਲੋਕ ਸਿੰਘ ਜੀ ਦੇ ਕਿੰਗ ਕਬੱਡੀ ਭਾ ਰਿਹਾ ਹੈ। ਆਓ ਵੇਖਾਂਗੇ ਚਾਰ ਜਾਫੀ ਹੈ ਕਿ ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪੀੜਾ ਵੇਖੋ ਆਪਣੀ ਟੀਮ ਦੇ ਲਈ ਚੋੜ ਗਿਆ। ਅਗਲੀ ਕਬੱਡੀ ਪਾਉਣ ਦੇ ਲਈ ਲੇਲੇ ਵਾਲੇ ਪਿੰਡ ਦਾ ਟੋਬਰ ਅੱਗੇ ਵੱਲ ਵਾਧਾ ਜਾ ਰਿਹਾ। ਪੰਜਾਬ ਹਰਿਆਣੇ ਦੀ ਟੱਕਰ ਹੈ। ਐਨ ਕਹਿੰਦੇ ਹਰਿਆਣੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਤਾਂ ਤੇ ਰਣਜੀਤ ਪਾਵੇ ਨੇ ਆਪਣੇ ਗੀਤਾਂ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਸੋਹਣ ਸਿੰਘ ਭਾਗਣਾ ਖੜਕ ਸਿੰਘ ਦਾਤਿਆ ਰਹਿ ਗਏ ਜੋ ਲਾਹੌਰ ਵਿੱਚ ਉਹ ਵੀ ਖੂਨ ਸਾਟਿਆ ਗਾਮੇ ਪਹਿਲਵਾਨ ਤੋਂ ਮਿਲੀ ਗੁਰਤੀ ਇਸ ਵਿੱਚ ਬੱਜੇ ਸਿੱਧਾ ਤੀਰ ਬਣ ਕੇ ਤੂੰ ਤਾਂ ਸਾਡੇ ਨਾਲ ਕਰਦੀ ਸ਼ਰੀਕਾਂ ਬਾਲੜੀ ਖੜਾ ਹਰਿਆਣਾ ਨਾਲ ਵੀਰ ਬਣ ਕੇ ਤੂੰ ਤਾਂ ਸਾਡੇ ਨਾਲ ਕਰਦੀ ਸ਼ਰੀਕਾਂ ਬਾਲੜੀ। ਇੱਧਰ ਫਰਮਾਹੀ ਵਾਲੇ ਪੱਪੀ ਦੀ ਕਬੱਡੀ ਪੈ ਰਹੀ ਹੈ। ਪੱਪੀ ਫਰਮਾਹੀ ਵਾਲਾ ਕਦੇ ਮੋਟੂ ਦੇ ਚਰਚੇ ਕਦੇ ਕਰਮੇ ਦੀਆਂ ਗੱਲਾਂ ਇਸਨੇ ਕਹਿੰਦੇ ਪੱਪੀ ਦੀ ਕਬੱਡੀ ਪੈਂਦੀ ਹੈ। ਪਰ ਉਧਰਲੇ ਪਾਸੇ ਮਨਦੀਪ ਹੈ ਪੱਪੀ ਸੱਸਿਆ ਆਓ ਵੇਖਾਂਗੇ ਅੱਜ ਆਪਣੀ ਟੀਮ ਦੇ ਲਈ ਜੋੜ ਗਿਆ। ਬਾਬਰ ਕੋਟ ਦਾ ਅੱਜ ਜ਼ੋਰ ਲੱਗਿਆ ਹੋਇਆ ਪਾਲਾ ਫਕਰ ਚੰਦਾ ਗੁਰੀ ਕਰਾਂਗਣਾ ਸ਼ਮਸ਼ੇਰ ਚਲੀਰ ਇਹ ਆਪਣੇ ਸਨਮਾਨ ਪ੍ਰਾਪਤ ਕਰਨਗੇ। ਐਨ ਕੋਟਲੀ ਜਾਣਕਾਰੀ ਦਿੱਤੀ ਹੈ। ਕੋਟਲੀ ਵਾਲੇ ਜੀਤ ਦੇ ਨਾਲ ਜਾ ਰਹੀ ਹੈ ਜਾਂ ਬਾਬਰ ਜਾਂ ਪ੍ਰਵੀਨ ਗੱਲਾਂ ਕਰਦਾ ਹੁੰਦਾ ਹੈ। ਹੱਕ ਵਾਲੀਏ ਜੱਗੂ ਤੇ ਜਟਾਣਾ ਵਾਲੇ ਕੁਲਵੀਰ ਨੇ ਅੱਜ ਯਾਰੀ ਭਗਾ ਦਿੱਤੀ ਹੈ। ਪੈਦਲੇ ਪਾਸੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰ ਤਿੰਨ ਜਾਫੀ ਹੈ ਰਾਮਪੁਰਾ ਤੇ ਰਾਮਪੁਰ ਦੀਆਂ ਟੀਮਾਂ ਸੋਨੀ ਗੋੜ ਹੱਤਾ ਜੀ ਸਾਡੀ ਖੇਡ ਕਬੱਡੀ ਦੇ ਅਗਲੇ ਬੁਲਾਰੇ ਆਉਣਗੇ। ਬਹੁਤ ਬੜਾ ਧੰਨਵਾਦ ਕਰਦੇ ਹੈ।
ਲੈ ਟਾਈਆਂ ਤਾਂ ਕਰਦੀ ਏ ਕਰਦੀ ਤਾਜੋ ਤੇ ਸੋਨੀ ਗੋੜ ਹੁੰਦਾ ਸਾਡੀ ਫੇਰ ਕਬੱਡੀ ਦੇ ਅਗਲੇ ਬੁਲਾਰੇ ਹੋਣੇ ਆ ਸਾਡੇ ਵੀਰ ਰਹਿਣੀ ਰਹਿਣਗੇ ਕਰੱਟੀ ਉੱਪਰ ਦੀਆਂ ਟਾਈਆਂ ਪਾ ਲਈਏ ਜੀ ਕਰੱਟੀ ਉੱਪਰ ਦੀਆਂ ਟੀਮਾਂ ਦੀਆਂ ਟਾਈਆਂ ਆਪਾਂ ਜਿਹੜੀਆਂ ਕਰ ਦਈਏ ਮੈਚ ਲੌਸ ਕਰ ਦਈਏ ਉੱਧਰ ਤਾਲਾ ਫੱਕਰ ਕਹਿੰਦਾ ਸ਼ਮਸ਼ੇਰ ਜਲੀਰ ਤੇ ਗੁਰੀ ਘਰਾਵਲੇ ਦਾ ਜਿਹੜਾ ਸਨਮਾਨ ਉਹ ਬਾਲ ਪੇਪਰਾਂ ਦੇ ਨਾਲ ਕੀਤਾ ਜਾ ਰਿਹਾ ਹੈ हेलो 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 130 का कैमरा मैन वो भी आवेगा साडा रील फरमाशी वाला भागा है अंक अपनी टीम मैच समाप्त हो गया है टीम सराज पिंड की इस मुकाबले की जेतू टीम आई है हाँ जी इस मैच के जो सराज जित गई है आपकी सोनी गुड़ हस्ता जी 9 पॉइंट ने लेहाल के जेडे 7.5 पॉइंट है लास्ट कबड्डी के जब तक जी जित हार हुई है एक बार फिर धन्यवाद भाई मोहना रली जी साडे वीर प्रधान जी ट्रक यूनियन बुढलाडा इहदे जो नूरपुर टीम जी जित गई थाज थाज हरियाणा बाले भाई का बहुत धन्यवाद फकर झंडियाला साडा वीर हुण मैच रामपुरे पिंड का ਹਾਂਜੀ ਸੈਮੀ ਦੀਆਂ ਟਾਈਆਂ ਪੈ ਰਹੀਆਂ ਜੇ ਕਿਸੇ ਨੇ ਆਉਣਾ ਹਜੇ ਉੱਪਰ ਦੀਆਂ ਟਾਈਆਂ ਵੀ ਪੈ ਰਹੀਆਂ ਨੇ ਸੈਮੀ ਇਹ ਪਹਿਲਾਂ 8.5 ਦੇ 9 ਪੁਆਇੰਟ ਜਿਹੜੇ ਹੋਣਗੇ ਜਿੱਤੇ ਆਪਾਂ ਰਾਮਪੁਰੇ ਦਾ ਮੈਚ ਮੇਰੀ ਕਿਹੜੀ ਟੀਮ ਨਾਲ ਉਹ ਕਹਿੰਦੇ ਵੀ ਉੱਥੇ ਲੈ ਟੀਮਾਂ ਪ੍ਰਬੰਧ ਕਰਨ ਦੋ ਸੈਮੀ ਦੀਆਂ ਟਾਈਆਂ ਪੈ ਰਹੀਆਂ ਨੇ ਜਿੱਤੇ ਸਾਡੇ ਵੀਰ ਰਾਮਪੁਰੇ ਦਾ ਨਾਇਕ ਕਿਹੜੇ ਨਾਲ ਰਾਮਪੁਰੇ ਦਾ ਨਾਇਕ ਹੋਰ ਕੇ ਰਾਮਪੁਰੇ ਦਾ ਨਾਇਕ ਕਿਹੜੀ ਨਾਲ ਰਾਮਪੁਰੇ ਦਾ ਮੈਚ ਰਾਮਪੁਰ ਡੇਰਾ ਰਾਮਪੁਰ ਦੇ ਨਾਲ ਹੈ ਜੀ ਡੇਰਾ ਰਾਮਪੁਰ ਵਾਲੇ ਕਿਉਂ ਨੀ ਹੈ ਡੇਰਾ ਰਾਮਪੁਰ ਡੇਰਾ ਰਾਮਪੁਰ ਆਓ ਵੀ ਗਰਾਊਂਡ ਹੈਲੋ ਹੈਲੋ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਦੀ ਇਸ ਪਵਿੱਤਰ ਧਰਤੀ ਨੂੰ ਮੈਂ ਨਮਸਕਾਰ ਕਰਦਾ ਜਿਹਨੇ ਕਬੱਡੀ ਦੇ ਬੜੇ ਚੋਟੀ ਦੇ ਖਿਡਾਰੀ ਆਪੋ ਆਪਣੇ ਸਮੇਂ ਤੇ ਪੈਦਾ ਕੀਤੇ ਨੇ ਗੱਲ ਚਾਹੇ ਰੋਂਦੂ ਖਾਨ ਦੀ ਹੋਵੇ ਚਾਹੇ ਕਲਹਿਰੀ ਵਾਲੇ ਬੋੜੇ ਦੀ ਗੱਲ ਹੋਵੇ ਜਾਂ ਖੱਤਰ ਝੰਡੇ ਵਾਲੇ ਬਿੰਦੀ ਦੀ ਗੱਲ ਜਾਂ ਕਹਿੰਦੇ ਤੋਚੀ ਵਰਗੇ ਵੱਖੋ ਵੱਖਰੇ ਸਮੇਂ ਤੇ ਆਹ ਇਲਾਕੇ ਨੇ ਖੇਡ ਕਬੱਡੀ ਦੇ ਬੜੇ ਤਕੜੇ ਖਿਡਾਰੀ ਪੈਦਾ ਕੀਤੇ ਨੇ ਅੱਜ ਨਮਸਕਾਰ ਹੈ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਔਰ ਦੁੱਲੋਵਾਲ ਦੇ ਇਸ ਧਰਤੀ ਤੇ ਜਿੱਥੇ ਚੌਥਾ ਹੀਰਾ ਮੋਤੀ ਲੜੀ ਦੇ ਵਿੱਚ ਪਰੋਇਆ ਜਾ ਰਿਹਾ ਹੈ ਕਹਿੰਦੇ ਸਿੱਖ ਧਰਮ ਦੇ ਵਿੱਚ ਚਾਰ ਲਾਵਾਂ ਦਾ ਬੜਾ ਵੱਡਾ ਇਤਿਹਾਸ ਹੈ ਜਿਨ੍ਹਾਂ ਨੂੰ ਲੈ ਕੇ ਕਹਿੰਦੇ ਇੱਕ ਮਰਦ ਤੇ ਇੱਕ ਔਰਤ ਵਿਆਹ ਦੇ ਪਵਿੱਤਰ ਬੰਧਨ ਦੇ ਵਿੱਚ ਵੱਧ ਜਾਂਦੇ ਤੇ ਅੱਜ ਚੌਥਾ ਹੀ ਟੂਰਨਾਮੈਂਟ ਆਪਾਂ ਵੇਖ ਰਹੇ ਹਾਂ ਸਾਡੇ ਭਰਾਵਾਂ ਨੇ ਬੜੇ ਸ਼ਿੱਦਤ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਉਹ ਵੱਡੇ ਉੱਦਮ ਦੇ ਨਾਲ ਆਪਾਂ ਵੇਖ ਰਹੇ ਹਾਂ ਸਾਡੇ ਭਰਾਵਾਂ ਨੇ ਕਹਿੰਦੇ ਕਿਸਾਨੀ ਸੰਘਰਸ਼ ਨੂੰ ਜਿੱਤ ਨੂੰ ਸਮਰਪਿਤ ਜਿਹੜਾ ਇਹ ਟੂਰਨਾਮੈਂਟ ਰੱਖਿਆ ਔਰ ਬੜੇ ਚੋਟੀ ਦੇ ਖਿਡਾਰੀ ਇਸ ਧਰਤੀ ਤੇ ਜਿੰਨੇ ਵੀ ਸਾਡੇ ਭਰਾ ਨਾਲ ਹੀ ਦਰਸ਼ਕ ਵੀਰ ਔਰ ਪ੍ਰਬੰਧਕ ਵੀਰ ਸਾਰੇ ਸਤਿਕਾਰਯੋਗ ਵੀਰਾਂ ਨੂੰ ਮੈਂ ਆਪਣੇ ਵੱਲੋਂ ਨਮਸਕਾਰ ਕਰਦਾ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜਾ ਤਕੜਾ ਮੁਕਾਬਲਾ ਕਿ ਪੱਟਾਂ ਵਿੱਚ ਜਾਨ ਹੋਵੇ ਦੌੜਿਆਂ ਤੇ ਮਾਨ ਹੋਵੇ ਖੇਡਦਾ ਕਬੱਡੀ ਪੰਜਾਬ ਦਾ ਜਵਾਨ ਹੋਵੇ ਜੋ ਖੇਡਣ ਵਿਦੇਸ਼ਾਂ ਵਿੱਚ ਵੱਖਰੀ ਪਹਿਚਾਣ ਹੋਵੇ ਲੈ ਇਸ ਵੇਲੇ ਮੈਂ ਵੇਖ ਰਿਹਾ ਜ਼ਿਲ੍ਹਾ ਮਾਨਸਾ ਦੀ ਧਰਤੀ ਤੇ ਪਹਿਲੀ ਰੇਡ ਕਬੱਡੀ 65 ਕਿਲੋ ਵਰਗ ਦਾ ਦੁੱਲੋਵਾਲ ਦੀ ਧਰਤੀ ਤੇ ਆਪਾਂ ਵੇਖ ਰਹੇ ਹਾਂ ਬੜਾ ਤਕੜਾ ਮੁਕਾਬਲਾ ਲੈ ਵੀ ਕੰਤੀ ਦੱਸੀ ਵੀ ਕਿਹੜੀਆਂ ਟੀਮਾਂ ਨੇ ਇਹਨਾਂ ਦੇ ਮੁਕਾਬਲਾ ਜਿਹੜਾ ਮੈਚ ਖੇਡਿਆ ਜਾ ਰਿਹਾ ਇੱਕ ਪਾਸੇ ਟੀਮ ਜਿਹੜੀ ਖੇਡਦੀ ਆ ਡੇਰਾ ਰਾਮਪੁਰ ਦੀ ਟੀਮ ਮੇਰੇ ਪੰਜਾਬੀ ਵੀਰੋ ਦੂਜੇ ਪਾਸੇ ਮੁੰਡੇ ਜਿਹੜੇ ਖੇਡਦੇ ਨੇ ਇਹ ਰਾਮਪੁਰੇ ਪਿੰਡ ਵਾਲੇ ਨੇ ਮਰੀਕ ਖੇਡਦਾ ਉਰਲੇ ਪਾਸੇ ਮਰੀਕ ਤੇ ਨਾਨਕ ਇਹ ਕੁਆਟਰ ਫਾਈਨਲ ਲਾਸਟ ਮੈਚ ਇਹਦੇ ਬਾਅਦ ਸੈਮੀ ਹੈ ਦੁੱਲੋਵਾਲ ਦੇ ਬਾਜੇ ਵਾਲਾ ਜਿਹੜੀ ਇਹਨਾਂ ਚੋਂ ਜਿੱਤ ਕੇ ਖਾਣ ਵਾਲ ਖੇਡੂਗੀ ਉੱਪਰ ਨਹੀਂ ਮੈਂ ਬੇਨਤੀ ਕਰਦਾ ਵੈਸੇ ਟਾਈਆਂ ਪਾ ਕੇ ਸਾਨੂੰ ਲਿਸਟ ਦੇ ਦੋ ਕਬੱਡੀ ਉੱਪਰ ਨਹੀਂ ਆ ਮੇਰੇ ਉਹ ਪਹਿਲਾਂ ਸਲੀਪਰ ਦੇ ਆ ਜੀ ਸਾਰਾ ਸਾਥੀ ਕਮਾਂਡੇਟਰ ਸੁਖਰਾਜ ਰੋਡੇ ਵੀ ਪਹੁੰਚਿਆ ਬਹੁਤ ਧੰਨਵਾਦ ਹੈ
लो रामपुरे वाले नानक की कबड्डी पी है कहने मुंडा वासी जीना भी जेदा कदे हेली नहीं आ रामपुरे की एक अंक का वादा होर करता हो उधर रामपुर की टीम काली अर्गे की टीम निके वर्गे मुंडिया की बड़ी चर्चा रही है लो रामपुर की कबड्डी पै रही है खूनी चक मैक दे कर गल फिर रामपुर जिला बठिंडा दे मानसा दे कहिंदे कबड्डी दे विच बड़ा नाम रहा इस नगर का कदे रामपुर वाले निके ने जब तिड़बे के टूरनामेंट से एन कहने चोटी दिया रेटा पाई है कंती ताजोके वाला करण कुमार ने आख्या भी निकया तेन कनेडा की धरती से खड़ा कबड्डी 70 किलो दे विच पर उस तो बाद 21 साल जो वीजे लगे आ जब खराजी पिथों आए ने एक टूरनामेंट से कहने कैलगिरी दे विच 32 रेटा पाके वक्रा रिकॉर्ड बनाया ते बाद दे विच ओ खिडारी जिहड़े नहीं गए कहला संदीप ते निके होर ने चलिया बड़ा तकड़ा मुकाबला बजनी कबड्डी का अज कहते दुल्लोवाल की धरती से फिर कबड्डी का गुलाब छिड़िया कहने इस साउंड की आवाज दूर दूर तई कहने सुनेहा भेज रही है भी दुल्लोवाल की धरती से कबड्डी के चोटी के खिलाड़ी पुजे हुए हैं और वेखना धरया हो धौलते हाथ है उखरे पैर है भोटीपुरे वाले सूबे कहते तुम्हें भी इन्हें खेड मैदान के बच्चे इतना ही धूड़ा पट्टिया कि धूड़ा पट्टी जाते ने जिन्हें दुध मामा का पीता लोगों फड़ने सौखे नहीं लखा दुला दे कलजीता लखा दुला दे कलजीता रामपुरे वाला नानक ने करियाम के टूरनामेंट का बहस पैसे हीरो साइकिल जितया कल कुत्ती आम के मेले का लास्ट दिन होना गा भाई एक मैं बेनती करना चाह के कोई वीर बन के एक्स्ट्रा वीर ना खाए ना उन्होंने थोड़ी जी प्रॉब्लम जी आती है यह रामपुरे पिंड वाला नानका आई बाबा नानका वे आई बाबा नानका घर घर खुशियां ले आई बाबा नानका मुंडा तजर्बा बहुत है कबड्डी का पर दूजे पास कई है तजर्बे को बड़ा तजर्बा टक्कर जाता है आओ मुंडे ने जप्पा लाता रामपुरे वाले डेरा रामपुर वाले नौजवान जैर सिंह साढ़े ने उन्होंने भी बड़ा टूरनामेंट होंगे मैं निके वर्ग है तरसेम है सेमी है इधरले पास अमरीक वर्ग खड़े ने अगला मैं जरा लगना दुल्लोवाल के बाजे वाला मैं बेनती करना मैं गवाई से साधा भादर भी अगले मैच की लिस्ट है जरा रामपुरे वाले नौजवान खुशी वर्ग खेलते हैं 2013 के कहते भी रामपुरे के जो मेला होया और आलीगे वाले नोने ने और बकिया वाले दुले जफा आके बल्ले बल्ले कराते थे पर पॉइंट रेडर का दताल वाले सेवक की कबड्डी पैंती है सोनी करी गल फिर दताल वाले सेवक की कबड्डी पै रही है कहते पिंदू दुताल वाले दल चल रही है कहते दुताल वाले घोड़े दल खेड मैदान के चल दया लो सामने वेखना कि दुताल वाला एन कहते सेवक कबड्डी पा के पॉइंट लेके वापस है अगली रेड पाने के लिए नौजवान गभरू कालिया वाली पिंड है पांडा नाम वाले वेखना भी चार स्टॉपर रामपुरी की धरती है जिस धरती से कहते कबड्डी ने महारथी खेडे आ जिस धरती से कहने खीरा वाली चन्ने वर्गे ने धुमा पाइया कहते जलालपुरी पाले ने कहने एन सिरे की कबड्डी खेडी है उस रामपुर की धरती से जब लंडिया जीपा बेस्ट रेडर से जाफी ताजोके वाला एन कहने कबड्डी का शिखर देखा हो शिखर देखा हो उधर भाई गुरदास जी मानसा तो छोटे हाथी वाले साढ़े वीर है उन्होंने वालों मैंने वीर ने दसा 500 रुपये की जी मैच शायद आई है बहुत धन्यवाद है अज कहते परमजीत पाटू का साढ़े वीर पाटू का विशेष तौर पर चौथे स्थान पर कबड्डी कप दे अमन गुल्लेवाल वालों बड़े 6 फुटे कप नाल समा होना गा ये भी बहुत धन्यवाद है बड़े मान सम्मान हो रहे ने इधरले पास पीए बन गया लाई पाटू तेन भी मुबारक आउट साढ़े भरा का विशेष तौर पर आ मैच तो बाद वधिया ढंग के नाल बोलिया भी वधिया जाऊगा लो कबड्डी पै गई रामपुर वाले की रामपुरा पिंड कहते बड़े वेले जितया रामपुरे वाले वधिया जाफिया के आ मुंडे का नाम अमरीक है कनेडा वाला जंटी कहना जे कहना अमरीक अगले साल ओपन खेडा लग जाए ना जहां 80 किलो आ मुंडा कहना 1,00,000 रुपया लाऊंगा रूबी आओ मुंडे ने कहना जफा लाया ये खेड लग जाए पट्टी माइक पैदा करा इस वीर की दताल वाला कहते बिट्टू के पिंड के कोलो पिंडू के पिंड वाला नौजवान सेवक की कबड्डी पै रही है माइक से बड़ा भी सोनी सेवक की कबड्डी है कदे कहते जब बलविंदर सिद्धू ने खेड मैदान धुमा पाइया तैन सिर के उत्ते पता रुमाल कहते वक्री बातें पाँगा से वेखना नौजवान गबरू ने
ਚਿੱਟਾ ਰੁਮਾਲ ਬੰਦਾ ਉਹ ਵੇਖਦਾ ਕਿ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਖਦਾ ਈ ਨਿਗਾਹ ਮਾਰਦਾ ਈ ਵੀ ਮੇਰਾ ਲੌਂਗ ਗਵਾਚਾ ਵਾਲੀ ਗੱਲ ਹੋਈ ਹੈ ਇੱਧਰ ਸ਼ੀਰਾ ਭੁਪਾਲ ਵਾਲਾ ਇਸ ਨਗਰ ਦੇ ਲਈ ਵੀ ਬੜਾ ਲੰਬਾ ਸਮਾਂ ਕਬੱਡੀ ਖੇਡੀ ਹੈ ਸਾਡੇ ਭਰਾ ਨੇ ਪਰ ਅੱਜ ਸਮਾਂ ਸ਼ੀਰਿਆ ਇਹ ਖਿਡਾਰੀਆਂ ਮੈਂ ਉਹ ਵੇਖਦਾ ਵੀ ਸਾਹਮਣੇ ਚਾਰ ਰਾਮਪੁਰ ਦੀ ਧਰਤੀ ਦੇ ਕਿੱਥੋਂ ਦੇ ਕਹਿੰਦੇ ਹਰੰਬੇ ਬੜੇ ਮਸ਼ਹੂਰ ਰਹੇ ਆ ਪਰ ਅੱਜ ਕੱਲ੍ਹ ਕਹਿੰਦੇ ਗੱਲ ਕਹਿੰਦੇ ਪੰਡੀਆਂ ਕਪੈਲਾਂ ਦੀ ਚੱਲ ਪਈ ਹੈ ਪਰ ਕਹਿੰਦੇ ਪੁਰਾਣਾ ਇਤਿਹਾਸ ਨੂੰ ਭੁੱਲਿਆ ਜਾਂਦਾ ਉਹ ਵੇਖਣ ਸਾਹਮਣੇ ਥੋੜਾ ਪੱਟ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਹੈ ਤੇ ਪੁਆਇੰਟ ਹੈ ਇਸ ਵੇਲੇ ਸਟੋਪਰ ਦੇ ਹਿੱਸੇ ਦੇ ਵਿੱਚ ਆ ਜੁੜਿਆ ਹਾਂਜੀ ਮੈਂ ਸਮਾਪਤ ਆਈਏ ਜੇ ਰੋਡ ਕਰੋ ਜਿਹੜੀ ਟੀਮ ਆ ਉਹ ਰਾਮਪੁਰਾ ਪਿੰਡ ਜਿੱਤ ਗਈ ਹੈ ਰਾਮਪੁਰੇ ਪਿੰਡ ਦੇ ਸਾਢੇ 8 ਪੁਆਇੰਟ ਨੇ ਰਾਮਪੁਰ ਦੇ ਜਿਹੜੇ 6 ਪੁਆਇੰਟ ਆ ਹੁਣ ਬੇਨਤੀ ਕਰਦਾ ਪਹਿਲਾਂ ਦੁੱਲੋਵਾਲ ਦੇ ਬਾਜਿਆਂ ਦਾ ਪਹਿਲਾ ਸੈਮੀਫਾਈਨਲ ਰਾਏ ਦੇ ਰਾਮਪੁਰੇ ਦਾ ਦੂਜਾ ਜੀ ਇਧਰ ਸਾਡੇ ਵੀਰ ਪਾਨਜੀਤ ਪਾਟੂ ਦਾ ਵਿਸ਼ੇਸ਼ ਤੌਰ ਤੇ ਵੱਡਾ ਮਾਨ ਸਨਮਾਨ ਹੋ ਰਿਹਾ ਬਾਈ ਅਮਨਦੀਪ ਅਮਨ ਦੁੱਲਿਆਲ ਵੱਲੋਂ ਵੱਡੇ ਕੱਪ ਦੇ ਨਾਲ ਬਾਈ ਬਹੁਤ ਧੰਨਵਾਦ ਆ ਪਾਟੂ ਸਾਡਾ ਵੀਰ ਬਾਈ ਇੱਕ ਮੈਂ ਬੇਨਤੀ ਕਰਦਾ ਮੈਨੂੰ ਵਾਰੀ ਵਾਰੀ ਬੇਨਤੀ ਇਹ ਬੋਲਣੀ ਪੈ ਰਹੀ ਆ ਕਈ ਪਲੇਅਰ ਕਣਕ ਦੇ ਵਿੱਚ ਦਰੀਆਂ ਵਸਾਈ ਬੈਠੇ ਯਾਰ ਪਲੇਅਰਾਂ ਨੂੰ ਬੇਨਤੀ ਆ ਵੀ ਉਹ ਸਾਡੇ ਕੋਲ ਦੋ ਤਿੰਨ ਵਾਰੀ ਮੈਸੇਜ ਆ ਗਏ ਯਾਰ ਕਣਕ ਨਾ ਮਿੱਧੋ ਦੇਖੋ ਕਿੰਨਾ ਗਰਾਊਂਡ ਆ ਚਾਰ ਕਿੱਲਿਆਂ 'ਚ ਗਰਾਊਂਡ ਪੰਚਾਇਤ ਨੇ ਛੱਡਿਆ ਗਾ ਤੁਹਾਡੇ ਵਾਸਤੇ ਕਬੱਡੀ ਦਾ ਗਰਾਊਂਡ ਹੈ ਮੈਂ ਬੇਨਤੀ ਕਰਦਾ ਵੀ ਕਿਰਪਾ ਕਰਕੇ ਜਿਹੜੇ ਪਲੇਅਰ ਕਿਸੇ ਵੀ ਕਣਕ ਜਾਂ ਫਸਲ ਦੇ ਵਿੱਚ ਆਪਦੀਆਂ ਪੱਟੀਆਂ ਡਾਈ ਬੈਠੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਜਾਣ ਕੇ ਵੀ ਉਹ ਕਿਸੇ ਐਕਸਟਰਾ ਜਗ੍ਹਾ ਦੇ ਬਹਿ ਜਾਣ ਪਲੀਜ਼ ਦੋ ਵਾਰੀ ਮੈਂ ਪਹਿਲਾਂ ਵੀ ਬੇਨਤੀ ਕਰਦੀ ਧਿਆਨ ਦੇਣ ਸਾਡੇ ਵੀਰ ਉਧਰ ਬਾਈ ਪਾਂਡੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੋ ਰਿਹਾ ਹੁਣ ਮੈਂ ਬੇਨਤੀ ਕਰਦਾ ਦੁੱਲੋਵਾਲ ਦੇ ਬਾਜੇ ਵਾਲਾ ਪਹਿਲਾ ਸੈਮੀਫਾਈਨਲ ਰਾਮਪੁਰਾ ਦੇ ਥਰਾਏ ਦਾ ਦੂਜਾ ਜੀ ਹਾਂਜੀ ਨਾਲ ਹੀ ਉਦੋਂ ਕਬੱਡੀ ਓਪਨ ਦੀ ਲਿਸਟ ਵੀ ਉਹਨੂੰ ਪਹੁੰਚਾ ਦਿਓ ਜੀ ਜਿਹੜੇ ਮੈਚ ਦੇ ਇੱਕ ਪਲੇਅਰ ਦਾ ਕੋਈ ਕੋਟ ਲੈ ਗਈ ਇੱਥੋਂ ਤੱਕ ਕੇ ਸੰਤਰੀ ਕਿਲਰ ਦਾ ਪਲੀਜ਼ ਬਹੁਤ ਧੰਨਵਾਦ ਆ ਪਾਂਡੂ ਬਾਈ ਦਾ ਸਾਡੇ ਵੀਰ ਦਾ ਸਨਮਾਨ ਹੋ ਰਿਹਾ ਰਾਮਪੁਰੇ ਵਾਲੇ ਵੀਰ ਦਾ ਕੋਈ ਕੋਟ ਬਦਲ ਕੇ ਲੈ ਗਿਆ ਉਹ ਕਿਰਪਾ ਕਰਕੇ ਜ਼ਰੂਰ ਪਹੁੰਚਦਾ ਕਰੋ ਬਾਈ ਦੁੱਲੋਵਾਲ ਦੀ ਟੀਮ ਦੇ ਬਾਂਜੇ ਵਾਲਾ ਪਹੁੰਚੋ ਜੀ ਦੁੱਲੋਵਾਲ ਦੇ ਬਾਂਜੇ ਵਾਲਾ ਪਹਿਲਾ ਸੈਮੀਫਾਈਨਲ ਹੈ ਦੁੱਲੋਵਾਲ ਤੇ ਬਾਂਜੇ ਵਾਲ ਦੇ ਇੱਕ ਮਿੰਟ ਦਾ ਟਾਈਮ ਆ ਜੀ ਰਾਮਪੁਰਾ ਤੇ ਸਰਾਜ ਓਪਨ ਦੀ ਲਿਸਟ ਜੀ ਸਾਡੇ ਕੋਲ ਆ ਜਾਏ ਤਾਂ ਵਧੀਆ ਟੀਮਾਂ ਆਪਾਂ ਬੋਲ ਦੀਏ ਸਟਾਰ ਕਰ ਦਈਏ ਜਿਹੜੀਆਂ ਟੀਮਾਂ ਆਈਆਂ ਵਧੀਆ ਟੀਮਾਂ ਪਾਂਡੂ ਬਾਈ ਦਾ ਬਹੁਤ ਧੰਨਵਾਦ ਵੱਡਾ ਮਾਨ ਸਨਮਾਨ 9-10-11 ਤਰੀਕ ਨੂੰ ਸੂਰਤ ਦੀ 9-10-11 ਨੂੰ ਬਾਈ ਹਰਪਾਲ ਆਰ ਕੇ ਆਏ ਆ ਫਤਿਹਪੁਰ ਦਾ ਟੂਰਨਾਮੈਂਟ ਜਿਹੜਾ ਹੋਣਾ ਗਾ ਤੇ ਕੱਲ ਨੂੰ ਕੁੱਤੀਆਲ ਦੇ ਟੂਰਨਾਮੈਂਟ ਦੀਆਂ ਰੌਣਕਾਂ 5 ਤਰੀਕ ਨੂੰ ਖਿਆਲੀ ਨੇੜੇ ਮਹਿਲ ਕਲਾਂ ਕਬੱਡੀ ਓਪਨ ਦੇ ਮੈਚ ਜਿਹੜੇ ਹੋਣੇ ਆ 7 ਤਰੀਕ ਨੂੰ ਤਰੌਲੇ ਟਰੋਲ ਕਬੱਡੀ ਓਪਨ ਦੇ ਮੈਚ ਜਿਹੜੇ ਹੋਣਗੇ ਇਹ ਵੀ ਟੂਰਨਾਮੈਂਟ ਦੀਆਂ ਤਰੀਕਾਂ 11 ਤਰੀਕ ਨੂੰ ਵੀ ਵੱਡੇ ਮਾਨ ਸਨਮਾਨ ਗੁੱਲਾਵਾਲ ਕਦੇ ਲੰਬੀਆਂ ਟਿੱਪਾਂ ਦੀ ਗੱਲ 12 ਨੂੰ ਸੰਘੇੜਾ ਦਾ ਕਬੱਡੀ ਕਾਪਾ ਬਾਈ ਬੇਨਤੀ ਹੈ ਦੁੱਲੋਵਾਲ ਦੇ ਬਾਜੇ ਵਾਲ ਨੂੰ ਸੱਦਾ ਦੇ ਸੋਨੀ ਦੁੱਲੇਵਾਲ ਦੇ ਬਾਜੇ ਵਾਲ ਬਸ ਓਪਨ ਦੀ ਲਿਸਟ ਇੱਕ ਮਿੰਟ ਦੇ ਅੰਦਰ ਆ ਰਹੀ ਹੈ ਸਾਡੇ ਕੋਲ ਬੜੀ ਬੇਨਤੀ ਹੈ ਦੁੱਲੋਵਾਲ ਦੇ ਬਾਜੇ ਵਾਲ ਹੈਲੋ ਹਾਂਜੀ ਸਨਮਾਨ ਹੋਣ ਜਾ ਰਿਹਾ ਰਾਜਾ ਸਿੰਘ ਸੂਬੇਦਾਰ ਰਾਜਾ ਸਿੰਘ ਸੂਬੇਦਾਰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਕਲੱਬ ਵੱਲੋਂ ਸਨਮਾਨ ਕੀਤਾ ਜਾ ਰਿਹਾ ਉਧਰ ਦਾਨੀ ਸਜਣਾ ਦੇ ਮਾਨ ਸਨਮਾਨ ਬਾਈ ਜੀ ਬਾਜੇ ਵਾਲਾ ਕਿਉਂ ਨੀ ਆਈ ਬਾਜੇ ਵਾਲਾ ਸਰਦਾਰ ਗੁਰਚਰਨ ਸਿੰਘ ਜੀ ਫੌਜੀ ਬਾਜੇ ਵਾਲਾ ਜੀ ਫੌਜੀ ਮੰਚ ਤੇ ਆ ਜਾਓ ਜੀ ਹੈਲੋ ਬਹਿ ਜੀ ਜਿਹੜੇ ਮੁੰਡੇ ਬਾਜੇ ਵਾਲ ਦੇ ਆ ਜਾਓ ਜਿਹੜੇ ਬਾਜੇ ਵਾਲ ਦੇ ਰਹਿੰਦੇ ਨੇ ਆ ਗਏ ਨੇ ਬਾਜੇ ਵਾਲ ਦੇ ਮੁੰਡੇ ਦੁੱਲੋਵਾਲ ਵਾਲੇ ਮੇਜਵਾਨ ਪਿੰਡ ਵਾਲੀ ਟੀਮ ਆ ਸੈਮੀਫਾਈਨਲ ਮੈਚ ਆ ਜੀ ਇਹਦਾ ਪਿੰਡਾਂ ਦੇ ਮੁੰਡੇ ਨੂੰ ਵੇਖਦੇ ਜੀ ਪਿੰਡ ਵਾਲੇ ਆ ਜਾਣ ਜੀ ਦੁੱਲੋਵਾਲ ਦੁੱਲੋਵਾਲ ਹੈਲੋ ਹਾਂਜੀ ਸੰਦੀਪ ਸਿੰਘ ਸੌਰਭ ਤਾਰੀ ਸਿੰਘ ਜੂੜੀ ਭੇਟਰ ਸਿੰਘ ਸੌਰਭ ਬਬਲੂ ਸਿੰਘ ਉਧਰ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਆ ਵੱਡੀਆਂ ਸੇਵਾਵਾਂ ਨੇ
भाई मोहना रली भरवी हाजरी उन्होंने भी बहुत बहुत धन्यवाद उन्होंने यार दोस्त जिन्हें भी आए सालिया स्पोर्ट्स क्लब बाबा सत कमेटी वालों सत बोय कमेटी ग्राम पंचायत वालों सारे वीर का बहुत धन्यवाद आओ जी जो रहने ने दुलवाल वाले वो पिंड वाले मुंडे कटे आ रहे सैमीफाइनल मैच है तुम्हारा बहुत धन्यवाद ताजर सीरे का जरा सुबह तो लेके पानी की सेवा कर रहे हैं इरू प्रॉब्लम आ बाथरूम की प्रॉब्लम बेचारे जी पेटी लगी है आम टूरनामेंट से जाने अभी कहने उन्हें थीरा कोई ना तू और रेस्ट कर ले करा संगत नू ना लेके आना चार बजे से गुड्डिया ने तर के तो लेके हर टूरनामेंट से जाता गा चित्तर सिंह जी इनू प्रेशर कराना पऊ पैसे की काफी लोड़ है ये थोड़ी संगत गेड़ा लोगा दस भी पंजा जिन्नी भी हो सकना वह तुम्हारे का मान सम्मान तुम करना गा ये त्राज वाला सीरा गा इनू काफी प्रॉब्लम है पेट के बिच बेचारा ग्राउंड जाता सेवा करता जिम्मे वे इदा के इंसान की जरूर सेवा करा करो पिंड वाले मुंडे दुलवाल 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 पात्रा कह तेरे पिंड वाले भी आया दो महीने तो पहला पहला यूनिट टीम कट्टी आओ जी आज भजगे इधर सरों चलो ले जा हेलो हाँ जी तेज सिंह जी मिस्त्री गुरदेव सिंह जी मिस्त्री निर्मला चक्की जल का मेरे रहने ने मेरे सरोवर ठीक है जी हाँ थोड़ी जी आवाज बोला भाई अगे हम इतने चढ़ते और पहले पटाके क्योंकि जिते सताई तरीक झंडू गया मेला होना है बढ़िया मेला चौबी मेला बहुत ज्यादा टूरनामेंट ने अज दिन तरीकों तो बाद लगातार ठीक भाई जी देख दिया दुलवाल पिंड वाले कितने भी पिंड वाले कितने हो तो फिर के दो दिनों कहते हो आ गया आ गया आ गया पज गया मुंडे ने टिकरी बदला लिखा है हाँ बढ़िया ने काली अर्गे मुंडे एक बेनती है जी दोनों टीमों को लैना पका रहे हैं साडे भाई मोहना रली जी जिन्हों को अज के टूरनामेंट लिए बड़ा लोग भरा नहीं गए ट्रक जी ने बुलाटे उन्होंने नाल जिन्हें भी यार दोस्त साडा पूरा क्लब मैं बेनती कर रहा सैमीफाइनल मैच है दोनों टीमों को लैना करो जी हाँ जी डॉक्टर तसेम जी बेनती भी टीना लैन अपने सैमीफाइनल मैच जिते पहला सैमीफाइनल हेलो अभी भाई ले रहे तो सारा नया भीर भी आ बहुत धन्यवाद साढ़े भरा का वड्डा टूरनामेंट कराते हैं भाई मोहना रली रली दे विच वड्डा टूरनामेंट होंगे दुनिया के महान प्ले खेलते हैं मोहने का वड्डा प्यार है स्टार प्लेयर की गल जगू हो ਇੱਥੋਂ ਵਾਲਾ ਚੀਰਾ ਕੋਹਲੀ ਕਿਹੜੇ ਵੀ ਪਲੇਅਰ ਦੀ ਗੱਲ ਕਰੀਏ ਵੱਡਾ ਟੂਰਨਾਮੈਂਟ ਰੱਲੀ ਦੇ ਵਿੱਚ ਕਰਾਉਂਦੇ ਆ ਪੂਰਾ ਇਲਾਕਾ ਆਉਂਦਾ ਗਾ ਕਿਉਂਕਿ ਇਲਾਕਾ ਕੀ ਪੂਰਾ ਮਿਲਦਾ ਪੰਜਾਬ ਹਰਿਆਣਾ ਦੇ ਪਲੇਅਰ ਵੀ ਖੇਡਦੇ ਆ ਉਹਨਾਂ ਦੇ ਨਾਲ ਜਿੰਨੇ ਵੀ ਯਾਰ ਦੋਸਤ ਉਹਨਾਂ ਦੇ ਕਲੱਬ ਦੇ ਬਾਈ ਪ੍ਰਧਾਨ ਡਾਕਟਰ ਤਰਸ਼ੇਮ ਕਾਲਾ ਬਾਈ ਰੂਬੀ ਬਾਈ ਬੇਅੰਤ ਬਾਈ ਸਾਡੀ ਗ੍ਰਾਮ ਪੰਚਾਇਤ ਬਾਈ ਮੋਹਣੇ ਦਾ ਬਹੁਤ ਬਹੁਤ ਧੰਨਵਾਦ ਵੱਡਾ ਮਾਨ ਸਨਮਾਨ ਵੀ ਅੱਜ ਦੇ ਇਸ ਮੇਲੇ ਦੇ ਲਈ ਬਹੁਤ ਵਧੀਆ ਇਨਸਾਨ ਆ ਵਧੀਆ ਟੂਰਨਾਮੈਂਟ ਕਰਾਉਂਦੇ ਆ ਇਲਾਕੇ ਦੇ ਵਿੱਚ ਵੱਡਾ ਇਨਾਮ ਜਦੋਂ ਬਲਾਡੇ ਦੀ ਚਾਹੀਦਾ ਕਹਿੰਦੇ ਆ ਮੋਹਣੇ ਦਾ ਇਲਾਕਾ ਹੈ ਮੋਹਣਾ ਸਾਡਾ ਭਰਾ ਗਾ ਟੂਰਨਾਮੈਂਟ ਦੀ ਵੀ ਪੂਰੇ ਇਲਾਕੇ ਦੇ ਵਿੱਚ ਚਰਚਾ ਕਰਾਉਂਦੇ ਜਦੋਂ ਕਰਾਉਂਦੇ ਆ ਹਾਂ ਜਿੱਥੇ ਵੱਡਾ ਟੂਰਨਾਮੈਂਟ ਹੁੰਦਾ ਨਾਲ ਉਹਨਾਂ ਦੇ ਯਾਰ ਦੋਸਤ ਆਇਆ ਖੱਬੀਆਂ ਸੱਜੀਆਂ ਵਾਹਾ ਉਹਨਾਂ ਦੇ ਭਰਾ ਨੇ ਜਿਹੜੇ ਨਾਲ ਖੜਦੇ ਹੀ ਪਿਆ ਤੇ ਨਾਲ ਹਰ ਵੇਲੇ ਰਹਿੰਦੇ ਆ ਬੜਾ ਪਿਆਰ ਦਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਨਿਰਮਲ ਵਰਗੇ ਰੂਬੀ ਵਰਗੇ ਸਾਡੇ ਵੀਰ ਨਾਲ ਡਾਕਟਰ ਵਰਗੇ ਕਾਲੇ ਵਰਗੇ ਵੀਰ ਬਲਵਿੰਦਰ ਵਰਗੇ ਦੋਨੇ ਟੀਮਾਂ ਦੇ ਨਾਲ ਬੀਤੇ ਵਰਗੇ ਸਾਡੇ ਭਰਾ ਇੱਕ ਫੋਟੋ ਆਪਾਂ ਕਰਾ ਲਈਏ ਮੈਂ ਬੇਨਤੀ ਹੈ ਲਾਈਵ ਦੇ ਸਾਹਮਣੇ ਬੈਠ ਜਾਓ ਪਲੀਜ਼ ਟੀਮਾਂ ਉਸ ਤਰ੍ਹਾਂ ਕਬੱਡੀ ਇੱਕ ਦੋ ਤਿੰਨ ਵਨ ਟੂ ਥ੍ਰੀ ਦਾ ਕੈਮਰਾ ਜਿਹੜਾ ਅੱਜ ਦਾ ਮੇਲਾ ਕਵਰੇਜ ਕਰ ਰਿਹਾ
ਅੱਜ ਫੜਿਆ ਵੀ ਸੈਮੀ ਫਾਈਨਲ ਹੈ ਇੱਕ ਪਾਸੇ ਆਪਣੇ ਪਿੰਡ ਦੀ ਟੀਮ ਹੈ ਦੁੱਲੋਵਾਲ ਤੇ ਦੂਜੇ ਪਾਸੇ ਜਿਹੜੇ ਮੁੰਡੇ ਨੇ ਉਹ ਖੇਡਦੇ ਆ ਪਾਜੀ ਵਾਲੇ ਨੇ ਜਿਹੜੀ ਰਹਿ ਜਾਂਦਾ 1 2 3 ਦਾ ਕੈਮਰਾ ਮਾਨਾ ਮਰ ਜਾਣਾ ਪਿੱਛੋਂ ਜਾਂਦਾ ਰਹਿ ਜਾਂਦੇ ਆ ਮਰ ਗਿਆ ਦੇ ਪਿੱਛੋਂ ਲੋਕੀ ਪਾਉਂਦੇ ਨੇ ਕਹਾਣੀਆਂ ਇਹ ਕਿਉਂਕਿ ਕਹਾਣੀਆਂ ਪੈਂਦੀਆਂ ਤਸਵੀਰਾਂ ਬਣ ਜਾਂਦੀਆਂ ਨੇ ਇਹ ਵੀ ਮੈਂ ਪਹਿਲੀ ਜਿਵੇਂ ਦੱਸਿਆ ਵੀ ਇੱਕ ਸੱਚਾਈ ਹੈ ਤਸਵੀਰ ਇੱਕ ਦਿਨ ਸਾਰੇ ਨੇ ਬਣੀਆਂ ਰੱਖ ਇਹ ਹਕੀਕਤ ਹੈ ਸੱਚ ਹੈ ਬਹੁਤ ਧੰਨਵਾਦ ਬਾਈ ਮੋਹਣੇ ਸਾਡੇ ਭਰਾ ਦਾ ਪੂਰੀ ਮਿੱਤਰ ਮੰਡਲੀ ਯਾਦ ਉਹ ਸਾਡੇ ਵੀਰ ਵੱਡੇ ਪਿਆਰ ਉਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਸਾਡੇ ਕਲੱਬ ਵੱਲੋਂ ਤਾਲੀਆਂ ਸਪੋਰਟਸ ਕਲੱਬ ਵੱਲੋਂ ਜਿਹੜਾ ਸਨਮਾਨ ਸਾਡੇ ਵੀਰ ਦਾ ਕੀਤਾ ਜਾ ਰਿਹਾ ਹੈਲੋ ਇਧਰ ਮੋਹਣੇ ਰੱਲੀ ਵਾਲੇ ਸਾਡੇ ਭਰਾ ਦਾ ਵਿਸ਼ੇਸ਼ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਪਿਛਲੇ ਦਿਨੀ ਕਹਿੰਦੇ ਵੱਡਾ ਟੂਰਨਾਮੈਂਟ ਕਰਵਾਇਆ ਆਪਣੇ ਨਗਰ ਦੇ ਵਿੱਚ ਔਰ ਆਲ ਓਪਨ ਦੀਆਂ 8 ਕਹਿੰਦੇ ਚੋਟੀ ਦੀਆਂ ਟੀਮਾਂ ਕਹਿੰਦੇ ਲੈਸ ਖਿਡਾਰੀਆਂ ਦੇ ਨਾਲ ਖੇਡੀਆਂ ਉੱਥੇ ਕਹਿੰਦੇ ਬਾਰਡਰਾਂ ਦੇ ਉੱਤੇ ਜਿਨ੍ਹਾਂ ਨੇ ਕਹਿੰਦੇ ਵੱਡੇ ਸ਼ਿਕਾਰ ਖਿਲੜੇ ਆ ਉਹ ਵੀ ਜਿਹੜੇ ਮਹਾਨ ਸ਼ਖਸੀਅਤ ਆ ਸਾਡੇ ਭਰਾ ਜਿਹੜੇ ਉਸ ਧਰਤੀ ਤੇ ਪੁੱਜੇ ਆ ਕਬੱਡੀ 65 ਕਿਲੋ ਵਰਗ ਦਾ ਸੈਮੀਫਾਈਨਲ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੇ ਪਹਿਲਾਂ ਹੀ ਸਾਡੇ ਭਰਾ ਜਿਹੜੇ ਮੂਹਣੇ ਨੇ 500 ਰੁਪਏ ਦੇ ਪ੍ਰਾਈਜ਼ ਜਿਹੜੇ ਦੋਨੋਂ ਟੀਮਾਂ ਦੇ ਲਈ ਪੁੱਜਦੇ ਕਰਦੇ ਨੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਭਰਾ ਦਾ ਹੈਲੋ ਬਹੁਤ ਬਹੁਤ ਧੰਨਵਾਦ ਮੋਹਣੇ ਰੱਲੀ ਜੀ ਪ੍ਰਧਾਨ ਟਰੱਕ ਜੈਨ ਬੁਢਲਾਡਾ ਜਿੱਥੇ ਸੈਮੀਫਾਈਨਲ ਮੈਚ ਹੈ ਹੁਣ ਜਿਹੜਾ ਮੈਚ ਲੱਗਣਾ ਕਹਿੰਦੇ ਖਾਧੇ ਹੋਏ ਖੁਰਾਕ ਦਾ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਦਾ ਮਖਾਨਾ ਮੁਤਹਿਕ ਵਿੱਚ ਵੱਜਦਾ ਉਧਰ ਭਾਈ ਗੁਰਦਾਸ ਜੀ ਸੋਢਾ ਹਾਥੀ ਜੂਨੀਅਰ ਬਿੰਦਰ ਬਾਈ ਪ੍ਰਧਾਨ ਉਹਨਾਂ ਵੱਲੋਂ 500 ਰੁਪਏ ਪਹਿਲਾਂ ਹੀ ਬੋਲਿਆ ਪਰ ਤੂੰ ਭੁੱਲ ਗਿਆ ਫਿਰ ਉਹਨਾਂ ਵੱਲੋਂ 500 ਰੁਪਏ ਕਲੱਬ ਦੇ ਲਈ ਪਹੁੰਚਾਇਆ ਗਿਆ ਬਹੁਤ ਧੰਨਵਾਦ ਹੋ ਸਾਡੇ ਵੀਰਾਂ ਦਾ ਭਾਈ ਗੁਰਦਾਸ ਸੋਢਾ ਹਾਥੀ ਜੂਨੀਅਰ ਆਹ ਮੈਚ ਦੇ ਜਿਹੜੇ 9.5 ਤੇ 10 ਨੰਬਰ ਹੋਣਗੇ ਜੀ ਟੀਮਾਂ ਨੋਟ ਰੱਖਣ ਸੈਮੀਫਾਈਨਲ ਮੈਚ ਔਖਾ ਦੀ ਹੋਈ ਖੁਰਾਕ ਦਾ ਤਾਂ ਉਦੋਂ ਪਤਾ ਲੱਗਦਾ ਜਦੋਂ ਦਾ ਬਗਾਨਾ ਪੁੱਤ ਹਿੱਕ ਵਿੱਚ ਵੱਜਦਾ ਜਿਵੇਂ ਤਲਵਾਰ ਨੂੰ ਰੋਕਣ ਲਈ ਧਾਰ ਚਾਹੀਦੀ ਖੇਡਾਂ ਦਾ ਨੇ ਹੋਰ ਤਾਂ ਬਥੇਰੀਆਂ ਖੇਡੀਆਂ ਪਰ ਮਿੱਤਰੋ ਕਬੱਡੀ ਲਈ ਜਾਣ ਚਾਹੀਦੀ ਮਿੱਤਰੋ ਕਬੱਡੀ ਲਈ ਜਾਣ ਲਈ ਕੀਪਾ ਆਈ ਇੱਕ ਹੋਰ ਵੀ ਰਿਹਾ ਹਲੋ ਵੱਡੇ ਮਾਨ ਸਮਾਨ ਹੈ ਵੀ ਸੋਧਾ ਹੀ ਕਹਿ ਰਿਹਾ ਤੁਸੀਂ ਯਾਰ ਤੁਹਾਡੀ ਬਿਉਂਦੀ ਨਹੀਂ ਬਣੀ ਹਾਲੇ ਫਿਰ ਮੈਚ ਸ਼ੁਰੂ ਕਰਵਾ ਬੜਾ ਤਕੜਾ ਮੁਕਾਬਲਾ ਸੈਮੀਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਕਹਿੰਦੇ ਪਿੰਡ ਦੀ ਟੀਮ ਆ ਔਰ ਦੂਸਰੀ ਸਾਈਡ ਜਿਹੜੇ ਮੰਡੀ ਦੇ ਲਾਗੇ ਰੋਗਲਾ ਪਿੰਡ ਆ ਬੱਬੂ ਨਾਮ ਹੈ ਕਦੇ ਬੱਬੂ ਕਕਰਾਏ ਵਾਲੇ ਦੀਆਂ ਗੱਲਾਂ ਹੋਈਆਂ ਕਦੇ ਬੱਬੂ ਭਿੰਡਰਾਂ ਵਾਲੇ ਦੀਆਂ ਗੱਲਾਂ ਚੱਲੀਆਂ ਕਦੇ ਬੱਬੂ ਪਾਦੀਆਂ ਵਾਲੇ ਦੀਆਂ ਗੱਲਾਂ ਚੱਲੀਆਂ ਪਰ ਉਹ ਦੇਖਣਾ ਸਾਹਮਣੇ ਟਿੱਕਰੀ ਬਾਰਡਰ ਵਾਲੇ ਤਾਲੇ ਨੇ ਟਰਾਈ ਕੀਤੀ ਆ ਪਰ ਕਿਵੇਂ ਕਹਿੰਦੇ ਹੁੰਦੇ ਆ ਵੀ ਖੜੀ ਟੈਨਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਲਾਓ ਸਾਹਮਣੇ ਉੱਪੇਵਾਲ 300 ਉੱਪਰ ਹੈ ਇੱਕ ਕੰਨੀ ਤੇ ਕਹਿੰਦੇ ਫਰੀਦਕੋਟ ਜਾਂ ਬਾਜੇ ਖੰਡ ਦੇ ਹਰਜੀਤ ਦੇ ਪਿੰਡ ਤੋਂ ਆਇਆ ਲਓ ਸੰਦੀਪ ਸਿੰਘ ਹੈ ਵਿਚਕਾਰ ਨੌਜਵਾਨ ਗੱਭਰੂ ਵੇਖਦਾ ਪੀਟੀ ਦੇ ਨਾਲ ਆ ਕਹਿੰਦੇ ਬਾਜੇ ਖਾਨੇ ਤੋਂ ਆਇਆ ਕਿ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾ ਤੇ ਖੇਡਣ ਜੋੜਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਹੈਲੋ ਪਹਿਲੇ ਪਾਸੇ ਚਿੱਟੀ ਨਗਰ ਦੇ ਵਿੱਚ ਬਾਜੇ ਖਾਨੇ ਵਾਲਾ ਸੰਦੀਪ ਹੈ ਬਾਜਿਆਂ ਦੀ ਟੀਮ ਨੀ ਖੇਡਦਾ ਬਾਜੇ ਵਾਲਾ ਨੇੜੇ ਪੈ ਜਾਂਦਾ ਆਹ ਬਾਜਾ ਖਾਨਾ ਹੈਗਾ ਹਰਜੀਤ ਬਰਾੜ ਦੇ ਪਿੰਡ ਦਾ ਆਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਔਰ ਦੂਸਰੇ ਪਾਸੇ ਪੁਆਇੰਟ ਰੇਡਰ ਦਾ ਇੱਕ ਮੁੰਡਾ ਦਿੜਵਾ ਮੰਡੀ ਕੋਲੋਂ ਰੋਗਲੇ ਬਾਏ ਬੱਬੂ ਦੀ ਕਬੱਡੀ ਪੈ ਰਹੀ ਹੈ ਪਹਿਲੇ ਪਾਸੇ ਪਾਲੇ ਵਾਲ ਕੇ ਕਾਲੀ ਵਰਗੀ ਨੇ ਪੈਂਦੀ ਕਬੱਡੀ ਖੋਲੀ ਹਾਂਜੀ ਰਾਜੂ ਆਓ ਬੱਚਦੇ ਆਏ ਰਾਜੂ ਜੀ ਬੱਬੂ ਬੱਬੂ ਦੀ ਕਬੱਡੀ ਹੈ ਇੱਧਰ ਪਾਲਾ ਕਹਿੰਦੇ ਇਸ ਨਗਰ ਵਾਲਾ ਜੇਕਰ ਜੱਫਾ ਲਵੇਗਾ ਤਾਂ 2000 ਦਿੱਤਾ ਜਾਵੇਗਾ ਪਾਓ ਸਾਹਮਣੇ ਦੇਖ ਲਿਆ ਵੀ ਟਿੱਕਰੀ ਵਾਟਰ ਤੇ ਕਹਿੰਦੇ ਵੱਡੀਆਂ ਸਵਾਵਾਂ ਵੀ ਦੇ ਕੇ ਆਇਆ ਪਾਲਾ ਜਿਹਨੇ ਐਨ ਕਹਿੰਦੇ ਚੋਟੀ ਦਾ ਜੱਫਾ ਲਾਇਆ ਲਓ ਉੱਪੇ ਵਾਲਾ
सब लाइया हाथों करी आओ लिखना भी तीन स्टॉपर के पिछे पिछे हटे हैं पछावा भी पिछे हटा है धूल भी उड़ी है क्यों सामने पीटी जी मुकाबला है आओ कदे डीपी कदे पीटी की गल कहते एजुकेशन डिपार्टमेंट के गल होंगी है लो सामने अगली रेड बब्बू भी पैन जा रही है लैवी ताजुके वाले कंती से कर रोबले पिंड वाले बब्बू की कबड्डी पै रही है उपरना पैया मैगी चोटी का जफा लाता नरिंदर राम बिट्टू गोगाल वाले तेरह तेरह जफे लाए इतिहास बन गया बिट्टू से नहीं रहा पर सामने पाई हुई रेड है ते बाजे खाने वाला संदीप सिंह ने एन कहने सिरे का जफा ला दिता है संदीप सिंह अरजीत तो प्राण तो बाद मैं थोड़ा समा देखा मैं चिड़ा खेड लगा रिंका से अब मैं संदीप सिंह खेलना देखा उस मरहूम खिलाड़ी हरजीत प्राण जिसे जान तो बाद कहते कबड्डी का एन याद पूरी दुनिया के लग गया वह हरजीत प्राण जिन्हें आपके भावे दुनिया से नहीं रहा पर याद उसके जान तो बाद जोड़े मेरे वीडियो टूरनामेंट हो कबड्डी का मुल पिया यह सारा थोड़े सामने आखना पाई हुई कबड्डी है थोड़ा कच्छा तहू टंगया क्योंकि मुड़ा प्रधान साढ़ा वीर ट्रक यूनिट वाला रली तो आया जेड़े माया के गफ्फर दोनों टीम के लिए दिता है और सामने बजी हुई कैंची बजी हुई कैंची है भाई कीपा राजू से बुरा कहने फुकर रोगले वाले बब्बू जफा लाऊगा दो हजार दिता है उन्होंने वालों भाई बुरा कीपा ने राजू कहना ये कहने भी फुकर जफा लाए रोगले वाले बब्बू और दो हजार रुपया दिता जाऊगा और साढ़े भरा पर हा 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 आओ पाला पाले ने ट्राई की है हाँ जी यही टीम इधर के पास खेल रही अपने पिंड वाली भारतीय उन्होंने टीम पाइया नहीं पे थी आ गया जसन सावला जा रंग है मेरी माइया रंग कदर घटा दीती तेरे वे रंग काले ने मैं समाप्त ये जो नोट करो जी टीम बाजिया जितगी फाइनल च बाजी है ताड़ी मार दो बाजिया पॉइंट साढ़े नौ कोई गल नहीं बढ़िया प्रदर्शन किया ताजो हांजी पहली मेजबान वाले टीम वाले ने दुल्लोवाल वाले ने हाँ पहली बार सैमी वाल आया कोई ना मेहनत करा करो क्योंकि मेहनत तो बिना कोई महान हिंदा ना गुरु बिना योगा ज्ञान हुंदा ना मेहनत करनी पैंदी है इधर साडा भाई पिछले दिन फेसबुक ते यूट्यूब ते पोस्ट भी पाई सी साडे वीर दी जिहड़ा वखो वखरे टूरनामेंट ते पानी दी सेवा करदा है बीमारी के नाल एक मेरे ख्याल गुरदे की बीमारी है प्रॉब्लम जूझ रहा है हुण ऐ होवे वी कितों पैसे खराब ना कर ली बाकी एक कार्ड बना ला मोदी वाला 5 लाख रुपए तक का इलाज फ्री है उसे ऑपरेशन तेरा करवाना तो कॉन्टैक्ट कर ली साडे नाल तेरा करवा देंगे चंडीगढ़ फ्री है उसे सारा हैलो रामपुरे काज किदा मैच है करती भाई रामपुरे थाज रामपुरा बड़ा तकड़ा मुकाबला दूसरा सेमीफाइनल मुकाबला कबड्डी 65 किलो का शुरू होने जा रहा है हाँ जी साढ़े दस से ग्यारह नंबर साढ़े दस से ग्यारह हाँ जी नोट करो कप्याल से मैसर खाना बाबा पियाल का पहला मैच भाई रूपा ने जेठूगा का दूसरा मैच ओपन का भैनी बागा का दीपगढ़ का तीजा दुल्लोवाल मैसर खाना दोसा से मोराल कालवाला से करीवाला सिरसा डेरा नंगल से मीरपुर कोतला से भूंदर हरियाणा खोखर कला से दीरवाला खुड़ा शहीद बाबा
धर्म सिंह जी बोराबाल ते हरिपुरा ये टीमां दे मैच ने जी। कृपा करके टीमां तैयार कप्याल ते बाबा पंजाब दा माइसर खाने दा पहला मैच पहली कबड्डी सुनी राज की टीम वालों नौजवान गभरू इस वे रेड पा रहे हैं। सामने चार स्टॉपर है एक कन्नी ते कहने मरीक है रामपुर वाला रामपुर की धरती से वखरे वखरे समय से कहने खेल कबड्डी के स्टार खिलाड़ी खेले हैं ते दुनिया ने कहने अड्डिया चुक चुक के एन कहने उस कबड्डी का नजारा आ रहा है। लो सामने नानक भी कबड्डी है जो कहते घर के पंजाब खुशी का गमी का मौका आता तो चमने जट का गाना चलता कि सतगुर नानक तेरी लीला न्यारी है और रीझा लाला वेदी दुनिया सारी है और देखना नानक की कबड्डी से लाला लाला होने वाली गल है। वीर लख ट्रैक्टर वो कृपा करके ट्रैक्टर ने पानी हिलकर करी बड़ा तकड़ा मुकाबला सेमीफाइनल मैच खेला जा रहा है जिड़ी जितेगी कहते प्राइज की हकदार होगी और वेखना मरीक के नाम मुकाबला भरिया बगले फौजी वागरा घरों बाहर किया बाहर कहते अजकल हर कोई जाना चाहता है पर कोरोना ने थोड़ा कल चक्कर ने हांजी भाई पांच दिन सीधा सीधा सरवाल किया जा रहा है कला पेपर वालों हेलो सीरा भाई जी का विशेष जरा मान सम्मान क्लब वालों किया जा रहा है। हाँ जी बेनती है कपियाल के बाबा पियाल का माइसर खाना सोनी पहला ओपनर मैच है भाई रूपा जेठूगा का दूजा ये ततारा वाले सेठ ने रामपुरे की टीम वालों कबड्डी पा रहा मुंडा कहते रामपुरे के टूरनामेंट के भी बल्ले बल्ले कराई बड़े का मान सम्मान होया उस तो बाद यह मुंडा कहते पैस पैस ही बना हजे कबड्डी कप का इधर के पास कबड्डी पै रही है जिसे कोई मूवा ग्राउंड पहुंच कर दो कबड्डी पा रहा बजरी कबड्डी का बड़ा तकड़ा मैच खेला जा रहा है। कहने जो मिथो का बजरी कबड्डी का मैच होता दुनिया कहते खड़ खड़ के देखती एक पासे कहते बाजा खेलता बंदर डोड वाला खराजी पिथो चक के जोगी पीर की धरती से चौके क्या महाराज कहने मैच लगना जैतो वाले भाऊ दुनिया वेखदी उन्होंने मैचों कहते जैतो वाले भाऊ ने भी कहने मार मार धोना गिजी लाल करना और आओ वेखा भी बची हुई धोला उखड़े पैरा नारक 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 नाम चिर दी करा तेरे भाने सरबत का भला यह है नानक बड़ा वधिया नाम मापिया ने रखा लवी नानक सिंह कम भी उही करने हैं सच्ची सुची जिंदगी जोनी है और वेखना सामने पाई हुई कबड्डी है चार स्टॉपर है अमरीक सिंह ने कन्नी मल्ली है और वेखना भी दो नंबर तो फड़िया लग गया पर पॉइंट रेडर का पॉइंट रेडर का अगली टीम करती जी उसमें जरूर शेयर कर दो सेवक सेवक की कबड्डी है चिट्टा रुमाल जूड़ी से पता है अज कहते एसजीपीसी श्रोमणी प्रबंधक कमेटी की टीम का भी अज के दौर के बड़े मेलिया से नाम जोड़ा चल रहा है तो एसजीपीसी उन्होंने जिसे जॉब भी दिखती है कबड्डिया खुलिया ने टीम नोट कर रहे हैं तीन नंबर बार से खेल गए साढ़े बारह से तेरह नंबर के मैच जो हो गए टीम ध्यान देना ना इधरले पासे थराज वाले थां से भी कबड्डी पै रही है उधरले पासे रामपुरे पिंड वाले ने गल हो रही है नानक वर्ग हैप्पी अगर पिंड का लो पॉइंट जरा कहने थराज वाला जोर रखा उपर का पहला है कपियाल भाई रूपा के जेठू के भैनी बागा के दीपगढ़ गुलवान के माइसर खाना एक बाबा पंजाब सिंह माइसर खाना ने दो टीम ने पहला मैच उन्होंने खेलना कपियाल भाई रूपे ने जेठू का खेलना रामपुरे वाले नानक ने नंबर जोड़िया लो खालसा कबड्डी पा रहा कहते भी जो भलौड़ का मेला होया मासिया वाले कंते वर्गे ने गला चौक वर्गे नौजर फोके वर्गे ने बल्ले बल्ले करा दी जो पहले मैच कहते तीन जफे आके मोटरसाइकिल जितया लो पेंडी कबड्डी से गल सोनी जी करूंगा बिल्कुल अमृतसर सिंह वाले ने कहने यादगारी रेटा पाइया तैर कहते इतिहास बनाता जब कलसिया का जेतू रथ तोड़िया भदौर की धरती से लेखा भी सिंगा से भीड़ा पै गई घिरकिया फौजा पर कितने पर तबका कितने ताड़ी मार दो दर्शकों देकर मुंडे की रेड वधिया लगी है वाह ओए नौजवान आप तेरे यार दबा फिरता पर दबदा कितने अज के बारे सीरा कोरे वर्गे भरावान
जोर लगना ही इधर बाइया का भी जोर लगा पाया जाल नू जोश दे विच खिंची जांदे है भी तू इधर सिट का तो नहीं लेके जांदा है तू गुट का तो नहीं फरदा तू गिट्टा का तो नहीं फरदा है आओ जिन्ना जोर खिलाड़ियों का और इधर सामने जट्ठे वाली बुग्गा कहते गुलाब नू आपां 500 गुलाब नू आपां 500 जी जफा लगेगा गुलाब नू कोई फड़ के विखावेगा पर इधरले पासे कबड्डी पाउण दे लई मुंडा अगे वल वधदा ही आ रहा है अगले मैच वाली टीम तोता ते बोड़ा वाल दी टीम तैयार हो जान फिर मैच होगा ताल वाला ते करी वाल दी टीम दे मैच होने है पर मैच पूरे चोटी दे है धरती दुल्लो वाले पिंड दी है कल कुत्ती वाले खुर दे विच रौनकां लगनी है और गल्लां चलनियां है 5 तरीक रतिए दे विच है पर इतले पासे वेखांगे जग्गू जां कलवीर जोड़ी दे चर्चे हुंदे है हाकां वालियां पैर मलो मली उखड़ जाते हैं सामने कबड्डी पाउण दे लई गुलाब फिर त्यार बर त्यार है अगले मैच दी टीमां तैयारी कर लैण सारे प्रबंधकां नूं मुबारकबाद है भी मेला भर गया है वाहिगुरु दी मेहर है आओ कहिंदे सिरे दी कबड्डी चल रही है आओ पहिली रेड ते प्रधान मानसा गुलाब दी रेड 200 दी 200 दी रेड आओ गुलाब दी अगले मैच दी टीमां दोदे वाला काला आ गया है नाल गुरु सरिया सुखवीर आ गया है जल्दी दे रहा दे खिलाड़ी भी आ जाण कहते अगली रेड फिर पैन जा रही है काले भी ने बेनती मत्था टेक के भरा बने आप ही एक साइड से हो जाओ क्योंकि बड़ा वधिया मुकाबला चल रहा है आओ दुनिया नजारे लै रही है आओ कहते पैंदी रेड आओ गल मुश्किल बनी है सिंह कुंडिया दे फसे है पता नहीं किने जित जाना ये तो रब जानदा है पर दर्शक स्वाद लै रहे हैं आओ पंजाबी कबड्डी का आनंद माणदे हुए आओ जट्ठे वाली बुग्गा कहते फिर तुर पिया प्रबंधक आख रहा भी कोई भी शराब पी के ग्राउंड दे एंटर ना हो हाथ बना लो भा मेरे ये पूछण योग शराब पी के कोई भी खेड़ ग्राउंड दे ना आवे मैच समाप्त है दुलवाल की टीम जित गई है दुलवाल दर्शक भीर जिन्हें जिन्होंने खुशी है तारियां मार दे जोरदार बहुत मुबारक दुलवाल टीम नो लवी गुलाब पैसे ले जी अगले मैच दी टीम आ जाए ग्राउंड दे बड़ा वधिया मुकाबला खेडिया गया लाल भाई की धरती का कहते रम्मी भी खेल मैदान दे आ गया खारे वाला हरजीत वर्गे गोले वाली गोरे वर्गे सरावा ने सुखबीर वर्गे बड़े स्टार पैदा किए हैं उसके जिले का कहते सुखबीर कबड्डी ਚੱਕ ਮਾਉਂਦੇ ਕਰ ਗੱਲ ਸ਼ੁੱਧਾ ਜਾਦੂ ਕਬੱਡੀ ਪਾ ਹੈ
बंदा जादू टीम ही नहीं बहुत तगड़ा खेड है, पासले पासे छोटे जादू की कबड्डी है। दोते वाले घोड़े से थोड़ी सट लगी, दुबारे वापसी की है, बाबा वेर करे अगले पासे कहते पुत्र ट्राई कर रहा है। दोते परिवार यह पुत्र मेरे मित्रों 70-75 बहुत तगड़ा खेल रहा है, अच्छी गल्ला होती है। यह पुत्र दोते परिवार है और करा गया बल्ले बल्ले खिलाड़ी ने पाई है। टीम के चार जाफी है भी कि चोपर जफा ला रही है। संदीप अर्गे पैदले पासे मुंडा कहते रमी भजया है, अंक अपनी टीम के लिए जोड़ी है, अगली कबड्डी पैदी है। गुरविंदर काला सदा जी कैशियर है, नवदीप सिंह सहायक खजानी है, मैक साहब प्रेस सकत्र सदा जी रमनदीप हरजिंदर सिंह मक्खण सिंह किरतार सिंह गविंदर सिंह बेअंत सिंह प्रतपाल सिंह जगतार सिंह तारी एक कबड्डी खिलाड़ी गुलाब होना का वड्डा रोल वड्डी जिम्मेवारी और सुखबीर की कबड्डी पै रही है। सरावा ने सुखबीर ने कहते भारत की कप्तानी की है, वर्ल्ड कप के बल्ले बल्ले करवाई है, उसे वेले का गबर कहते उड्यू उड्यू करता है। दसरा नंबर इस नौजवान ने अपनी टीम के लिए जोर दिता है। करीब टीम आ जाए 27-28 जनवरी होनी है, गुआंढ पिंड कहते जवाक मेला करवाया जा रहा है। कबड्डी पर 61,000-45,000 बैकवेटर से याफी के लिए 21,000 75 किलो 55 किलो भार वर्ग के मैच होने हैं। सारे खिलाड़ियों के दर्शकों के लिए खुले सत्ते है। इधर कहते खारा पिंड है, यह पिकी खारे वाला बापी गंध के पिंड तो चल के आया है। एक कहते खारा पिंड है जिले फरीदकोट का और खारे वाला चुपर यफा आ गया है। पैसले पासे रबी की कबड्डी पैंती है, चार याफी है, संदीप वर्ग है, प्यौतरों की बनी है भी कि चुपर यफा ला रहेगा। ताल वाला ते करी वाला और बचावो मुंडे ने टाई की है, पर रमी भजया अंक जोड़िए कि मुलपेल शरीर के जे लोग मेहनत उठ के तन जोर जवाना लगन भरिया मेला लुटके ये अड़ियल घोड़े ने कर ही जाते ने मनमानी राजे खेले हथ पासे लुंडिया पाँदी सिरे जगाने तो पंजाब के शहर जमीने कदरों उडजू उडजू करते हैं। पैंती हुई रेट के चारा के बच्चों कौन बल्ले बल्ले करावेगा ये भी आने वाला समा दसेगा। तो दोनों बारे काले का मुकाबला है पर नंबर लीडर का उधर नंबर पिंड तो साढ़े जी घोड़े सुनी आए हैं उन्होंने स्टे तौर पर धनबाद है। तो कहते सुखबीर अगली रेट पाने खेल मैदान के फिर तैयार कि सुखी लोग छे तीर पिछले नहीं मुड़ते अन्ना जोर पता लगे जो हाथ जुड़ते पहली बारी हारेगा ना कर पछतावा जेड़ा मां का वाले तत्ता खून होना चाहिएगा। हौसले के पूरे जट गोडे टेक दी चित्तर का बंदे च जनून होना चाहिए, चित्तर का बंदे च जनून होना चाहिए, जनून होना चाहिए। बंदा की नहीं कर सकता पैदले पासे ही आपू आ गया कबड्डी पाने लिए और घोड़े ने जरा नंग लंबिया के कपते कमल नफा लाया उस कहने पीड़ू आचरी लोग और बार बार बेचते हैं पर कमल टच हो अंकरेटर रमी की कबड्डी पैंती है। कहते रमी खेल मैदान के कबड्डी पाने के लिए वक्त आया है, बड़ा बढ़िया मुकाबला चल रहा है। उड़ा मारी चार पत्तों को छापिया मार रहे हैं, हल्का हल्का पिछे को हट रहे हैं और मां की टीवी झोड़ उठ रही है। यदा रंग सदूरी है, ये गोरी मिट्टी है, इन्हें मैरी ना करना, यह मेरे वतन की मिट्टी है कि इस मिट्टी में कुड़कड़ कोई किसा कोई उगावे, ये मिट्टी में घर घर जाके प्यार का बूटा लावे। कुछ नौ फकीर तो यदि बाणी मिट्टी है, इन्हें मैरी ना करना, यह मेरे वतन की मिट्टी है, ये पंजाब की मिट्टी है। और सामने पैंती रेड ये दो गभरुआ के दरम्यान टक्कर है और घोड़ा भी आओ कहते एक दौर भी रंग तकड़ा नंबर अपनी टीम के लिए सुखबीर आया टीम झक पाई।
गबरू भाग है अंक अपनी टीम के लिए जोड़ी है अगले मैच वाली टीम है ताल वाला करी वाला तेरा नजर से नीर पर एक टीम तैयार रहन उधर वीर आख रहा है तीन तरीक है कल कुत्तिया खबर च सारा ने जाना है पांच नो रबी है और कहने नौ दस से ग्यारह तरीक है सूरती परा देना है बारह नु रौनक लेंगी आया बारह नु पीला का तिराबिया सत्ते दे रहा है सोलह नु पछुआ ने पर पट्टा मिला है दस नु परे पांचले पासे 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 और कहने गला 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 हो रही है खिलाड़ियों के दरमियान मुकाबला चल रहा है अगले मैच दिन दोनों टीम अपनी तैयारी कर रहे हैं सारे खिलाड़ी वीरों रिक्वेस्ट कर रहे हैं कि कोई टीम लेट ना हो कहते बंदा कट सिरे का मुकाबला चल रहा है और कहते चार जाफी ने लटैणा वर्गे शपीर वर्गे कातर वर्गे और खाते हुए गुस्से और कहते दो खिलाड़ियों के दरमियान एक पास गोड़ा मारी है दूसरे पास चोटी वाला कार है और बल्ले बल्ले हो गई है तीस सेकंड का समा बीता है और लगा है जोर नहीं है रिखा और कहते चिंतो की इशारा करेगा और कुछ पर बीते कुछ बीतने वाले पर जदो जो है चल रही है तो दो घर दूध दे जश्न मनाइए ना हारो करिए मंदे बोल ना बोलिए करतारो करिए और मदले बोल ना बोलिए करतारो करिए रेल पाने फिर कहते गबरू खेल मैदान के वाधा हुआ है इस पंडिया ने रेगा चढ़ करके एक का जमाना सर खड़ करके और बड़ा कट है दिलो आदि धरती है जेरे मानसा के आता है आओ सामने मुकाबला फेर सट आओ कदे सजे कदे खब्बे कदे लेफ्ट कदे राइट कदे दाएं कदे बाएं और नंबर ढाई का चलता मैच समाप्त है लैली तोते की टीम इस मुकाबले की जेतू टीम रही है तोते की टीम है ताल वाला करीब वाला सिरसे दीम है